ਦੇਖੋ ਹਰ ਹਰ ਇਲੈਕਸ਼ਨ ਦਾ ਆਪਣਾ ਆਪਣਾ ਲੋਕਾਂ ਦਾ ਮਤਦਾਨ ਕਰਨ ਦਾ ਹੁੰਦਾ, ਉਹਨਾਂ ਨੂੰ ਨਹੀਂ ਇਸ ਵੇਲੇ ਲੱਗਿਆ ਵੀ ਸ਼ਾਇਦ ਕਿਤੇ ਰਾਜਾ ਬੜਿੰਗ ਸਾਡਾ ਵਧੀਆ ਸਵਾਰੂਗਾ, ਉਹਨਾਂ ਨੇ ਉਹਨਾਂ ਨੂੰ ਮਤ ਦਾ ਦਾਨ ਦੇਤਾ, ਪਰ ਅਸੀਂ ਆਪਣੇ ਵੱਲੋਂ ਕੋਸ਼ਿਸ਼ ਵੀ ਰੱਖੀ ਔਰ ਲੋਕਾਂ 'ਚ ਗਏ ਵੀ, ਲੋਕਾਂ ਨੇ ਉਹਨਾਂ ਨੂੰ ਪਸੰਦ ਕੀਤਾ, ਉਹਨਾਂ ਨੂੰ ਦੇਤਾ ਮੌਕਾ, ਚਲੋ ਵਧੀਆ ਉਹਨਾਂ ਦੇ ਲੇਖੇ ਸੇਵਾ ਹੋਊਗੀ, ਉਹ ਕਰੂਗੇ ਸੇਵਾ। ਵਿਧਾਨ ਸਭਾ ਹਲਕੇ ਜਦੋਂ ਦੇਖਦੇ ਹਾਂ ਤਾਂ ਆਮ ਆਦਮੀ ਪਾਰਟੀ ਕੋਈ ਕਮਾਲ ਨਹੀਂ ਕਰ ਸਕੀ, ਲੁਧਿਆਣਾ ਦੀਆਂ ਸਾਰੀਆਂ ਵਿਧਾਨ ਸਭਾ ਦੇ ਵਾਈਜ਼ ਵੀ ਜੇਕਰ ਵੋਟਰ ਪਰਸੈਂਟੇਜ ਦੇਖ ਲਿਆ ਜਾਵੇ। ਦੇਖੋ ਗੱਲ ਸੁਣੋ, ਇਹ ਜਿਹੜਾ ਧਾਰਮਿਕ ਜਦੋਂ ਮੁੱਦਾ ਕੋਈ ਕਿਸੇ ਚੋਣਾਂ ਦੇ ਵਿੱਚ ਜਾ ਜੁੜਦਾ, ਇਹ ਰਾਮ ਪ੍ਰਭੂ ਦਾ ਸ਼ਹਿਰਾਂ ਦੇ 6 ਕੌਂਸੀਜੈਂਸੀਆਂ ਲੁਧਿਆਣੇ ਦੀਆਂ, 6 ਦੇ ਵਿੱਚ ਹੀ, ਚਾਹੇ ਮੇਰਾ ਆਪਣਾ ਹਲਕਾ ਲਾ ਲਓ, 6 ਦੇ ਵਿੱਚ ਹੀ ਜਿਹੜਾ ਪ੍ਰਭੂ ਰਾਮ ਦਾ ਜਿਹੜਾ ਉਹਨਾਂ ਨੇ ਮੁੱਦਾ ਲੈ ਕੇ ਘਰ ਘਰ ਪ੍ਰਸ਼ਾਦ 3 ਲੱਖ ਥੈਲੀਆਂ ਪਹੁੰਚਾਈਆਂ ਛੋਟੀਆਂ, ਉਹ ਉਹਨਾਂ ਦੇ ਜ਼ਿਆਦਾ ਅਸਰ ਕਰ ਗਿਆ ਵੋਟਰਾਂ ਦੇ। ਇਸ ਕਰਕੇ ਕੋਈ ਗੱਲ ਨਹੀਂ ਕਿ ਲੋਕਾਂ ਨੇ ਜਿਨ੍ਹਾਂ ਨੇ ਸੇਵਾ ਕਿਸੇ ਨੂੰ ਲੇਖੇ ਲਾਉਣੀ ਹੁੰਦੀ ਆ ਉਹਦੇ ਲੇਖੇ ਹੀ ਲੱਗਦੀ ਆ, ਸਾਡੇ ਨਹੀਂ ਲੇਖੇ ਸੀਗੇ ਇਹ ਲੋਕ ਸਭਾ ਦੀ ਸੇਵਾ, ਅਸੀਂ ਵਿਧਾਨ ਸਭਾ 'ਚ ਸੇਵਾ ਕਰ ਰਹੇ ਹਾਂ। ਤੁਹਾਡੇ ਹਲਕੇ ਕਿੱਦਾਂ ਦੇਖੀਏ, ਕਿਉਂਕਿ ਭਾਜਪਾ ਵੱਲੋਂ ਭਾਜਪਾ ਨੂੰ ਨਕਾਰ ਦਿੱਤਾ ਗਿਆ ਸੀ ਲੁਧਿਆਣੇ ਤੋਂ, ਰਵਨੀਤ ਬਿੱਟੂ ਨੂੰ ਨਕਾਰ ਦਿੱਤਾ ਗਿਆ, ਪਰ ਫਿਰ ਵੀ ਰਵਨੀਤ ਬਿੱਟੂ ਨੂੰ ਜਿਹੜੀ ਹੈ ਸਟੇਟ ਦੀ ਮਿਨਿਸਟਰੀ ਦੇ ਦਿੱਤੀ ਗਈ ਹੈ। ਤੁਸੀਂ ਉਹਦਾ ਭਾਜਪਾ ਦਾ ਇਸ ਇਹਦੇ ਨਾਲ ਨਾ ਜੋੜ ਕੇ ਦੇਖੋ, ਤੁਸੀਂ ਇਹ ਦੇਖੋ ਵੀ ਭਾਜਪਾ ਦੀ ਵੋਟ ਕਿੰਨੀ 6 ਕੌਂਸੀਜੈਂਸੀਆਂ 'ਚੋਂ, ਜਿੱਥੋਂ ਸਾਡੇ ਆਮ ਆਦਮੀ ਪਾਰਟੀ ਦੇ MLA ਸਵਾਨ 30-35 ਹਜ਼ਾਰ ਤੇ ਜਿੱਤੇ ਹੋਏ ਸੀ, ਉੱਥੋਂ ਵੀ ਭਾਜਪਾ ਨੂੰ 50-50 ਹਜ਼ਾਰ ਵੋਟ ਪੈ ਗਈ, 40-40, 45-45 ਹਜ਼ਾਰ ਵੋਟ। ਇੱਥੋਂ ਪਤਾ ਲੱਗਦਾ ਵੀ ਸਿੱਧਾ ਰਾਮ ਮੰਦਿਰ ਦਾ ਜਿਹੜਾ ਫੈਕਟ ਆ ਉਹ ਉੱਥੇ ਅਯੋਧਿਆ 'ਚ ਤਾਂ ਨਹੀਂ ਹੋਇਆ, ਪਰ ਇੱਥੇ ਜ਼ਰੂਰ ਹੋ ਗਿਆ। ਬਹੁਤ ਪਿਆਰ ਕਰਦੇ ਆ ਲੋਕ, ਲੋਕਾਂ ਦਾ ਨਹੀਂ ਇਹ ਕਹਿ ਸਕਦੇ ਅਸੀਂ, ਲੋਕੀ ਤਾਂ ਅੱਜ ਵੀ ਪਿਆਰ ਕਰਦੇ ਆ ਜਿੱਧਰੋਂ ਜਾਂਦੇ ਆ, ਉਹ ਲੋਕ ਕਹਿੰਦੇ ਆ। ਦੇਖੋ ਮੇਰੇ ਆਪਣੇ, ਹੁਣ ਮੈਂ ਤੁਹਾਨੂੰ ਪਰਸਨਲ ਤੌਰ ਤੇ ਦੱਸ ਦਵਾਂ, ਮੇਰੇ ਆਪਣੇ ਜਿਹੜੇ ਦੋਸਤ ਮਿੱਤਰ ਆ ਉਹਨਾਂ ਦੀਆਂ ਮਾਤਾ ਨੇ ਤੇ ਬਜ਼ੁਰਗਾਂ ਨੇ ਵੀ ਕਿਹਾ ਵੀ ਪ੍ਰਭੂ ਰਾਮ ਨੂੰ ਮੇਰੇ ਬੇਟੇ ਤੁਹਾਨੂੰ ਵੋਟ ਪਾਉਗੇ, ਪਰ ਮੈਂ ਪ੍ਰਭੂ ਰਾਮ ਦੇ ਨਾਮ ਨੂੰ ਵੋਟ ਪਾਉਣੀ ਆ। ਵਿਧਾਨ ਸਭਾ 'ਚ ਵੀ ਪ੍ਰਭੂ ਰਾਮ ਨਾਲ ਚੱਲ ਜਾਣ? ਨਹੀਂ ਕੋਈ ਨਹੀਂ, ਉਹ ਇੱਕੋ ਵਾਰੀ ਉਹ ਚੱਲਣਾ ਸੀਗਾ, ਉਹ ਪ੍ਰਭੂ ਰਾਮ ਦਾ ਅਯੋਧਿਆ ਤੋਂ ਮੈਸੇਜ ਆ ਗਿਆ ਹੋਇਆ ਇੱਥੇ, ਤਾਂ ਹੀ 13-0 ਰਹਿ ਗਈ ਭਾਜਪਾ। ਪਹਿਲਾਂ ਜਲੰਧਰ ਦਾ ਬਾਈ ਇਲੈਕਸ਼ਨ ਜਿਹੜਾ ਆ ਰਿਹਾ ਵਾ ਉਹਦੇ ਵਿਚ ਲੋਕਾਂ ਨੇ ਫਤਵਾ ਦੇਣਾ, ਦੇਖਿਓ ਸਰਦਾਰ ਭਗਵੰਤ ਸਿੰਘ ਮਾਨ ਦੇ ਨਾਲ ਲੋਕ, ਪੰਜਾਬ ਦੇ 3.5 ਕਰੋੜ ਲੋਕ ਪਿਆਰ ਕਰਦੇ ਆ, ਇਸ ਕਰਕੇ ਲੋਕੀ ਅੱਜ ਤਿਆਰ ਬੈਠੇ ਆ, ਜਲੰਧਰ ਦੇ ਲੋਕ ਬਹੁਤ ਵਧੀਆ ਫਤਵਾ ਦਊਗੇ। ਅੱਜ ਦੇ ਰਿਵਿਊ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਰਾਮ ਮੰਦਿਰ ਦਾ ਸਰ ਪੰਜਾਬ ਦੇ ਲੋਕ। ਹਾਂਜੀ ਹਾਂ, ਬਿਲਕੁਲ ਬਿਲਕੁਲ, ਰਾਮ ਕਲੀਅਰ ਹੀ ਦਿਖਦਾ, ਦੇਖੋ ਇਸ ਚੀਜ਼ਾਂ ਨੂੰ ਅਣਦੇਖਿਆ ਨਹੀਂ ਕਰਨਾ ਦਿੱਤਾ ਚਾਹੀਦਾ, ਇਹ ਬਿਲਕੁਲ ਕਲੀਅਰ ਆ ਵੀ ਰਾਮ ਮੰਦਿਰ ਜਿਹੜਾ ਵਾ ਉਹ ਲੋਕਾਂ ਦੇ ਮਨ ਦੇ ਵਿੱਚ ਸੀਗਾ, ਉਹਨਾਂ ਨੇ ਇੱਕ ਵਾਰੀ ਆਪਣੀ ਪ੍ਰਭੂ ਰਾਮ ਦੇ ਕੋਲ ਹਾਜ਼ਰੀ ਲਵਾਈ ਆ, ਹੁਣ ਵਧੀਆ ਆਊਗਾ ਜਿਹੜੇ ਰਿਜ਼ਲਟ। ਤੁਹਾਨੂੰ ਵੀ ਕਿਹਾ ਜਾਂਦਾ ਲੁਧਿਆਣੇ ਦੇ ਕਾਫੀ ਪ੍ਰੋਹਿਤ ਹੈ, ਤੁਹਾਨੂੰ ਵੀ ਲੋਕ ਮੰਨਦੇ ਨਹੀਂ? ਬਿਲਕੁਲ, ਮੈਂ ਕੀ ਕਹਿਣਾ, ਕਿੱਥੇ ਪ੍ਰੋਹਿਤ ਕਿੱਥੇ ਭਗਵਾਨ ਰਾਮ ਦਾ ਨਾਮ, ਬੜਾ ਫਰਕ ਆ, ਪ੍ਰੋਹਿਤਾਂ ਤੇ ਭਗਵਾਨ ਰਾਮ ਦੇ ਨਾਮ ਨਾਲ ਫਰਕ ਆ, ਪ੍ਰੋਹਿਤ ਆਪ ਰਾਮ ਨੂੰ ਪੂਜਦੇ ਆ, ਇਹੋ ਜਿਹੀ ਗੱਲ ਨੀ ਗੀ, ਮੈਂ ਵੀ ਹਨੂੰਮਾਨ ਦਾ ਭਗਤ ਆ, ਕੋਈ ਐਸੀ ਨਹੀਂ ਕੋਈ ਕੋਈ ਐਸੀ ਗੱਲ ਨੀ ਗੀ। ਦੇਖੋ ਗੱਲ ਸੁਣੋ, ਪ੍ਰਭੂ ਰਾਮ ਦੇ ਨਾਮ ਨਾਲ ਕੁਛ ਹੋਰ ਵੀ ਵੋਟ ਤਾਂ ਛੱਡੋ, ਜੇ ਕੁਛ ਹੋਰ ਵੀ ਦੇਣਾ ਪਵੇ, ਜਾਨ ਵੀ ਦੇਣੀ ਪਵੇ, ਪ੍ਰਭੂ ਰਾਮ ਦੇ ਅਸੀਂ ਵੰਸ ਆ, ਪ੍ਰਭੂ ਰਾਮ ਸਭ ਦਾ ਵਾ, ਪ੍ਰਭੂ ਰਾਮ ਤੁਹਾਡਾ ਵੀ ਆ, ਮੇਰਾ ਵੀ ਆ, ਸਭ ਦਾ ਪ੍ਰਭੂ ਰਾਮ ਆ, ਬਾਣੀ ਚ ਵੀ
ਰਾਮ ਰਾਮ ਲਿਖਿਆ ਹੋਇਆ ਵਾ। ਇਸ ਕਰਕੇ ਪ੍ਰਭੂ ਰਾਮ ਕਿਸੇ ਕੱਲਿਆਂ ਦਾ ਨਹੀਂ, ਉਹ ਇੱਕ ਵਾਰੀ ਚਲਾ ਗਏ ਉਹ ਕੱਲੇ ਆਪ।